वाहेगुरु जी का खालसा, वाहेगुरु जी की फतेह जी। अज असी जोधवाल पिंड है जी, माछूवाड़ा साहब के कोले पिंड, बिलकुल जिला पिंड लुधियाना जी। आ मां बैठी है नगन अवस्था च, कपड़े नहीं पाए मां दे। पिछले बहुत साल तो यह माता इदा ही है बेचारी। ये साढ़े पंजाब दे विच बहुत थामां ते असीं सुणीदा देखीदा वी साढ़े जट जिमीदार भरा यूपी तो आसाम तो ब्याह करा के जां किसे रूप च उत्थों दीआं लेडीज़ नूं इत्थे लै आउंदे ने। इत्थे आ के वह सारा काम कार बराबर कर दियां, घर दे पूरी जिम्मेवारी ना निष्ठा ना काम कर दियां। जे उन्हां दे बच्चा हो जांदा तां ना तो उन्हां बच्चियां नूं प्रॉपर अधिकार मिलदा, ते जे बच्चा नहीं हुंदा तो फिर आ हालत हो जांदी। इस तरह के कई केस पहलां भी साडे कोल आए ने। ये भी मां अज इत्थे नगन अवस्था च बैठी है, घर दे भी हालात दिखावांगे तुहानूं, अंदर की हालात आ, किवें नरक कट रही आ। आंढ गुआंढ दे लोक दसदे आ, रोटी पानी दे दिंदा, कोई चाह दे दिंदा, कोई रोटी दे दिंदा। किन्ने क साल हो गए जी इन्हूं इदां? दो तीन साल तो आ हालत च रह रही है मां। कपड़े पाउण दा नहीं पता, लैटरिन भी अपने हत्थां नाल ही। ਕਮਲਜੀਤ ਕੌਰ ਇਹ ਸਲਵਾਰ ਪਵਾ ਦੋ ਜੀ ਮਾੜੀ ਜੀ, ਲਿਆ ਕੇ ਦਿਓ ਸਲਵਾਰ ਤਾਂ ਪਾਈਏ, ਮਹੀਨੇ ਪੁੱਤ ਪਾਣੀ ਲੈ ਫੜਾ ਦੇ ਜਾਂ ਭੱਜ ਕੇ ਕੋਈ ਕੱਪੜਾ ਲਿਆਓ ਪਾਈਏ। ਗੱਡੀ ਚ ਨੀ ਪਈ ਕੋਈ ਪਜਾਮਾ ਜਿਹਾ ਬੈਠੀ ਹੈ ਸੱਤਿਆ ਦੇਵੀ, ਸਰਦਾਰ ਕਰਤਾਰ ਸਿੰਘ ਦੀ ਘਰ ਵਾਲੀ। ਤੇ ਸਰਦਾਰ ਕਰਤਾਰ ਸਿੰਘ ਤਾਂ ਇਸ ਦੁਨੀਆਂ ਤੋਂ ਤੁਰ ਗਿਆ, ਇਹਨੂੰ ਉਹ ਵਿਆਹ ਕੇ ਲਿਆਇਆ ਸੀ ਜਾਂ ਕਿਵੇਂ ਲੈ ਕੇ ਆਇਆ ਸੀ ਇਹਨੂੰ? ਯੂਪੀ ਤੋਂ, ਬਿਹਾਰ ਤੋਂ। ਕਿੱਥੋਂ? ਯੂਪੀ ਤੋਂ ਮਾਂ? ਤੂੰ ਯੂਪੀ ਸੇ ਆ ਜਾਂ ਬਿਹਾਰ ਤੋਂ? ਯੂਪੀ ਦੀ ਆ। ਇੱਥੇ ਆ ਕੇ ਨਾਮ ਵੀ ਕਮਲਜੀਤ ਕੌਰ ਰੱਖ ਲਿਆ ਸਰਦਾਰ ਨੇ। ਬੱਚਾ ਨਹੀਂ ਹੋਇਆ, ਦਿਓਰ ਜੇਠ ਭੈਣ ਭਰਾ, ਤੁਹਾਨੂੰ ਪਤਾ ਇੱਦਾਂ ਦੇ ਕੇਸ ਦੇ ਵਿੱਚ ਲੋਕ ਅਸੈਪਟ ਨਹੀਂ ਕਰਦੇ। ਮੈਂ ਅੱਗੇ ਕਈ ਕੇਸ ਪੰਜਾਬ 'ਚ ਅਸੀਂ ਦੇਖੇ ਆ ਇੱਦਾਂ ਦੇ ਵੀ ਇਸ ਤਰ੍ਹਾਂ ਦੀਆਂ ਪ੍ਰਦੇਸ਼ਣ ਭੈਣਾਂ ਨੂੰ ਲੋਕ ਵਿਆਹ ਕੇ ਲੈ ਆਉਂਦੇ ਸੀ ਪਹਿਲਾਂ, ਉਹ ਬਜ਼ੁਰਗ ਹੋ ਗਈਆਂ ਅੱਜ, ਨਾ ਤਾਂ ਉਹਨਾਂ ਦੇ ਬੱਚਿਆਂ ਨੂੰ ਪ੍ਰੋਪਰ ਹੱਕ ਮਿਲ ਰਿਹਾ, ਤੇ ਨਾ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਦੇ ਵਿੱਚ ਹੱਕ ਮਿਲ ਰਿਹਾ, ਨਾ ਉਹਨਾਂ ਨੂੰ ਰਿਸ਼ਤਿਆਂ 'ਚ ਪੈ ਰਿਹਾ। ਮਾਂ ਰੱਖ ਲਾ ਉੱਤੇ ਲੱਤਾਂ 'ਤੇ, ਢੱਕ ਲਾ ਮਾੜਾ ਜਿਹਾ, ਕੋਈ ਨਾ ਕੋਈ ਲੱਤਾਂ ਢੱਕ ਲੈਣ ਬਸ। ਤੇ ਆ ਭੈਣ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ, ਵੀਡੀਓ ਬਣਾ ਕੇ ਭੇਜੀ। ਕੱਲ੍ਹ ਦੀ ਸਾਡੇ ਕੋਲ ਸ਼ਾਮ ਨੂੰ ਵੀਡੀਓ ਮਿਲੀ, ਤੇ ਅਸੀਂ ਰਾਤ, ਮੈਂ ਜਦੋਂ ਵੀਡੀਓ ਦੇਖੀ ਮੈਨੂੰ ਆਇਆ ਸੀ ਵੀ ਅਸੀਂ ਸਵੇਰੇ ਤੜਕੇ ਪਹੁੰਚ ਜਾਈਏ ਉੱਥੇ ਵਿਚਾਰੀ ਨੂੰ, ਇਹਨੂੰ ਲੈ ਆਈਏ ਕਿਸੇ ਰੂਪ 'ਚ। ਹਾਲਾਂਕਿ ਸਾਡੇ ਕੋਲ ਜਗ੍ਹਾ ਨਹੀਂ ਇੱਕ ਵੀ ਮੰਜਾ ਲਾਉਣ ਨੂੰ, ਇੱਕ ਇੱਕ ਬੈੱਡ ਤੇ ਦੋ ਦੋ ਜਾਣੀਆਂ ਬੀਬੀਆਂ ਭੈਣਾਂ ਸੌਂ ਰਹੀਆਂ ਇਸ ਹਾਲਾਤ 'ਚ। ਅਸੀਂ ਮਨ ਸੀਗਾ ਵੀ ਇਸ ਮਾਂ ਨੂੰ ਜੇ ਨਾ ਲੈ ਕੇ ਆਏ ਤਾਂ ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋਊਗੀ। ਇਹ ਮਾਂ ਕਮਲਜੀਤ ਕੌਰ ਅੱਜ ਨਰਕ ਕੱਟ ਰਹੀ ਹੈ, 4 ਸਾਲਾਂ ਤੋਂ ਅੰਦਰ ਘਰ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਆ। ਗੰਦ ਹੀ ਗੰਦ ਪਿਆ, ਆ ਕੱਪੜੇ ਗੰਦੇ ਪਏ ਆ ਮਾਤਾ ਦੇ, ਪਿੱਛੇ ਨੂੰ ਘੁਮਾ ਪੁੱਤ। ਇਸ ਜੰਗਲ ਦੇ ਵਿੱਚ ਰਹਿੰਦੀ ਆ, ਦੇਖੋ ਘਰ ਦੇ ਹਾਲਾਤ, ਕਮਰੇ ਦੇ ਹਾਲਾਤ। ਅਸੀਂ ਸਾਫ਼ ਕੀਤਾ ਸੀ ਜਦੋਂ ਬਰਸਾਤ ਪਈ ਸੀ ਨਾ, ਬਹੁਤ ਹੋ ਗਿਆ ਸੀ, 4 ਕੁ ਮਹੀਨੇ ਪਹਿਲਾਂ ਹੈ ਨਾ, 4-5 ਮਹੀਨੇ ਪਹਿਲਾਂ, 4-5 ਮਹੀਨੇ ਪਹਿਲਾਂ ਸਫਾਈ ਕੀਤੀ ਸੀਗੀ ਆਂਢ ਗੁਆਂਢ ਦੇ ਲੋਕਾਂ ਨੇ। ਪੁੱਤ ਲਾਈਟ ਦੇ ਹੈਗੇ ਬੈਗ 'ਚ, ਤੇ ਪਰ ਇਸ ਮਾਂ ਦੀ ਜਿਹੜੀ ਬਿਮਾਰੀ ਆ, ਇਹਨੂੰ ਬਿਮਾਰੀ ਹੈਗੀ ਆ ਜਿਹੜੀ ਨਾ, ਉਹ ਹੈਗੀ ਆ ਡਿਮੈਂਸ਼ੀਆ ਦੀ,
ਜਾਂ ਆਪਾਂ ਕਹਿ ਸਕਦੇ ਹਾਂ ਸਕਿਜ਼ੋਫਰੇਨੀਆ ਦੀ, ਜਿਹਦੇ ਵਿੱਚ ਬੰਦਾ ਗੰਦਗੀ 'ਚ ਰਹਿਣਾ ਪਸੰਦ ਕਰਦਾ। ਬਸ ਇਹਨੂੰ ਇਸ ਘਰ ਦੇ ਵਿੱਚ ਜਿਹੜੀ ਚੀਜ਼ ਆ ਗਈ ਉਹ ਬਾਹਰ ਨਹੀਂ ਕੱਢਣੀ, ਚਾਹੇ ਕੋਈ ਦੇ ਗਿਆ ਡੱਕਾ, ਦੇ ਗਿਆ ਕੋਈ ਡੱਕਾ ਵੀ ਇਹਨੇ ਬਾਹਰ ਨਹੀਂ ਕੱਢਣਾ। ਆਹ ਦੇਖੋ ਆਹ ਤਰਸ਼ੂਲ ਆ, ਮਾਤਾ ਸਰਾਣੇ ਰੱਖੀ ਬੈਠੀ ਆ, ਤੇ ਆਹ ਮੰਜੇ ਦੇ ਉੱਤੇ ਲੈਟਰਿਨ ਬਾਥਰੂਮ ਕਰ ਰਹੀ। ਦੇਖੋ ਪਿਛਾ ਗਿੱਲਾ ਹੋਇਆ ਪਿਆ ਮੰਜਾ ਸਾਰਾ, ਸੁੰਡ ਚੱਲੇ ਪਏ ਹੋਣੇ ਇਹਦੇ ਵਿੱਚ, ਜਿਵੇਂ ਅੱਗੇ ਇਹਦੇ ਵਿੱਚ ਹੀ ਦੇਖੋ ਸਾਰਾ ਸਮਾਨ ਪਿਆ। ਕੂੜਾ ਕਾੜਾ ਕਿਵੇਂ ਇਕੱਠਾ ਕਰ ਕਰਕੇ ਮਾਤਾ ਸਾਰਾ, ਪੈਸੇ ਰੱਖੇ ਹੋਏ ਮਾਤਾ ਨੇ ਕੁਛ, ਦੇਖੋ ਆ ਲੈਟ ਫੜੋ, ਆ ਕੇ ਲੈਟ ਫੜੋ ਪਤਾ ਕੀ ਨਾ ਕਹਾਂ। ਦੇਖੋ ਪੈਸੇ ਮਾਤਾ ਨੇ ਨਾ ਇਹ ਮੈਨੂੰ ਲੱਗਦਾ ਕੋਈ ਇਹ ਰਾਗ ਬੰਜਾਰਾ ਤਾਲ, ਮੈਨੂੰ ਲੱਗਦਾ ਤੁਸੀਂ ਗੀਤਾ ਨਾ ਜੀ, ਗੀਤਾ ਦਾ ਪਾਠ ਹੈ ਜੀ ਇਹ, ਗੀਤਾ ਦਾ ਪਾਠ ਇਹ ਮਾਤਾ ਜੀ ਕਰਦੇ ਨੇ। ਤੇ ਇਹਦੇ ਵਿੱਚ ਮਾਤਾ ਨੇ ਦੇਖੋ ਕੋਈ ਪੈਸੇ ਗਲੇ ਪਏ ਨੇ ਪੁਰਾਣੇ ਪੈਸੇ, ਆ ਦੇਖੋ ਇਹਦੀਆਂ ਪੁਰਾਣੀਆਂ ਫੋਟੋਆਂ ਮਾਤਾ ਦੀਆਂ, ਇਹੋ ਜਿਹੀ ਹੁੰਦੀ ਸੀ ਇਹ ਮਾਤਾ। ਅੱਜ ਇਸ ਮਾਂ ਦੀ ਹਾਲਤ, ਇਸ ਮਾਂ ਦੀ ਦੁਰਦਸ਼ਾ ਕੀ ਆ ਤੁਸੀਂ ਦੇਖੋ। ਆ ਕਾਰਡ ਵੀ ਬਣਿਆ ਹੋਇਆ ਮਾਤਾ ਦਾ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਪਰ ਇਹਨਾਂ ਦੇ ਕੰਮ ਹੀ ਨੀ ਕੋਈ, ਇਹਨਾਂ ਨੂੰ ਉੱਥੇ ਤੱਕ ਲਿਜਾ ਹੀ ਨੀ ਰਿਹਾ ਕੋਈ ਵਿਚਾਰਿਆਂ ਨੂੰ। ਸਿਹਤ ਬੀਮਾ ਯੋਜਨਾ ਕਰੂ ਕੀ, ਇਹ ਭੈਣ ਹੁਣੀ ਦੱਸਦੇ ਆ ਵੀ ਲੱਤ ਟੁੱਟ ਗਈ ਸੀ ਕੁਛ ਸਾਲ ਪਹਿਲਾਂ, ਇਹਨਾਂ ਨੇ ਰਲ ਮਿਲ ਕੇ ਇਲਾਜ ਕਰਾਇਆ, ਅੰਦਰ ਹੀ ਪਈ ਰਹੀ, ਗੋਡਾ ਟੁੱਟਿਆ ਹੋਇਆ, ਚੀਕਾਂ ਮਾਰਦੀ ਤੜਫਦੀ ਵਿਚਾਰੀ। ਤੇ ਆਂਢ ਗੁਆਂਢ ਦੇ ਲੋਕ ਜਿਹੜੇ ਰੋਟੀ ਪਾਣੀ ਦਿੰਦੇ ਆ, ਹੁਣ ਵੀ ਕਿਤੇ ਅੰਦਰ ਮਰੀ ਪਈ ਮਿਲਣੀ ਸੀਗੀ, ਤੇ ਕਿਸੇ ਨੇ ਥੋੜੀ ਦੇਖਣ ਆਉਣਾ ਸੀਗਾ, ਜਦੋਂ ਸਮੈਲ ਆਉਣ ਲੱਗ ਜਾਣੀ ਸੀ, ਮੁਸ਼ਕ ਆਉਣ ਲੱਗ ਜਾਣਾ ਸੀ ਉਦੋਂ। ਦੇਖੋ ਇੱਥੇ ਮਾਇਆ ਦਾ ਵੀ ਕੋਈ ਉਹ ਨਹੀਂ ਹੈਗਾ, ਜਿੱਥੇ ਵੀ ਅਸੀਂ ਏਦਾਂ ਦੀ ਥਾਵਾਂ ਤੇ ਜਾਈਦਾ ਮਾਇਆ ਪੈਰਾਂ 'ਚ ਹੀ ਰੁਲਦੀ ਹੁੰਦੀ ਹੈ। ਦੇਖੋ ਆਹ ਪਿਆ ਪਾੜ ਪਾੜ ਕੇ ਸਿੱਟੇ ਪਏ ਥੱਲੇ ਨੋਟ, ਕਿਉਂਕਿ ਇਹਦੇ ਲਈ ਤਾਂ ਮਾਇਆ ਕਿਸੇ ਕੰਮ ਦੀ ਹੀ ਨਹੀਂ, ਇਹਨੇ ਕਿਹੜਾ ਜਾ ਕੇ ਇਹਨਾਂ ਪੈਸਿਆਂ ਦੀ ਰੋਟੀ ਖਾ ਲੈਣੀ ਆ ਜਾਂ ਇਹਨੇ ਕੁਛ ਖਾ ਲੈਣਾ। ਦੇਖੋ ਇਹੋ ਜਿਹੀਆਂ ਲੀਰਾਂ ਕਚੀਰਾਂ ਵਿਚਾਰੀ ਕੱਪੜਿਆਂ ਦੀਆਂ ਕਿਵੇਂ ਅੰਦਰ ਇਕੱਠੀਆਂ ਕਰੀ ਬੈਠੀ ਆ। ਇਹਦੇ ਕਮਰੇ ਦੀ ਹਾਲਤ ਦੇਖੋ ਕੀ ਆ, ਇਹਦੇ ਕਮਰੇ ਦੇ ਹਾਲਾਤ ਦੇਖੋ ਕੀ ਆ। ਇੱਥੇ ਇਹ ਮਾਂ ਦੇਖੋ ਇੱਥੇ ਸ਼ਿਵਲਿੰਗ ਰੱਖਿਆ ਹੋਇਆ, ਆਪਦੇ ਵੱਲੋਂ ਆਪਦੀਆਂ ਧਾਰਮਿਕ ਅਵਸਥਾਵਾਂ ਜਿਹੜੀਆਂ ਉਹਦੀ ਹੈਗੀਆਂ ਮਨ ਦੀਆਂ ਚਾਹਣਾ ਉਹ ਵੀ ਪੂਰਾ ਕਰਦੀ ਹੈ, ਚਾਹੇ ਉਹ ਦਿਮਾਗੀ ਠੀਕ ਨਹੀਂ ਹੈਗੀ। ਪਰ ਅੱਜ ਦਾ ਸਾਡਾ ਸਿਸਟਮ ਆ ਜਿਹੜਾ ਉਹ ਕਿੱਥੇ ਚਲਾ ਗਿਆ, ਇੱਦਾਂ ਦੇ ਲੋਕਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆ ਰਿਹਾ, ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਬਣੀ ਹੋਈ ਜਿੱਥੇ ਇਹਨਾਂ ਨੂੰ ਇਸ ਜਿਹੀ ਥਾਂ ਤੇ ਛੱਡਿਆ ਹੁਣ। ਚਲੋ ਹੁਣ ਜਿਵੇਂ ਭੈਣ ਹੁਣੀ ਦੱਸਦੇ ਆ ਆਂਢ ਗੁਆਂਢ ਦੇ ਲੋਕ ਰੋਟੀ ਦੇ ਦਿੰਦੇ ਆ, ਹੁਣ ਰੋਟੀ ਤਾਂ ਇਹ ਦੇ ਸਕਦੇ ਆ ਪਰ ਇਹ ਆਪਦੇ ਘਰੇ ਤਲੇ ਜਾ ਕੇ ਰੱਖ ਨਹੀਂ ਸਕਦਾ ਕੋਈ ਇਹਨੂੰ, ਕੋਈ ਸਰਕਾਰ ਵੱਲੋਂ ਕੋਈ SGPC ਵੱਲੋਂ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਤਾਂ ਹੋਣੇ ਚਾਹੀਦੇ ਆ ਪੰਜਾਬ 'ਚ, ਘੱਟੋ ਘੱਟ ਜਾ ਕੇ ਇਹ ਲੋਕ ਉੱਥੇ ਰੱਖ ਛੱਡਿਆ ਹੁਣ, ਇਹਦਾ ਹਾਲ ਚਾਲ ਪੁੱਛਿਆ ਕਰਨ ਮਗਰ ਜਾ ਕੇ ਮਹੀਨੇ ਦੋ ਮਹੀਨੇ, ਕੋਈ ਜਗ੍ਹਾ ਤਾਂ ਹੋਣੀ ਚਾਹੀਦੀ ਆ ਇੱਦਾਂ ਦੀ। ਦੇਖੋ ਪੈਸੇ ਨੋਟ ਗਲੇ ਪਏ ਆ ਇੱਥੇ, ਹੋਰ ਵੀ ਬਥੇਰਾ ਕੁਛ ਨਿਕਲਣਾ, ਕਿਉਂਕਿ ਇੰਨੇ ਸਾਲਾਂ ਦੀ ਇਹ ਮਾਂ ਇਸ ਘਰ 'ਚ ਰਹਿ ਰਹੀ ਆ, ਇਸ ਥਾਂ 'ਚ ਰਹਿ ਰਹੀ ਆ, ਜਿੰਨਾ ਕੁਛ ਇਹਦੇ ਕੋਲੇ ਸੀ ਉਹ ਇਸੇ ਕਮਰੇ 'ਚ ਹੀ ਪਿਆ ਵਾ ਸਭ ਕੁਛ। ਦੇਖੋ ਇੱਧਰ ਵੀ ਧਾਰਮਿਕ ਗ੍ਰੰਥ ਪਏ ਨੇ, ਇਹ ਵੀ ਇਸੇ ਤਰ੍ਹਾਂ ਹੀ ਗਲੀ ਜਾਂਦਾ ਸਮਾਨ ਪਿਆ, ਇਹ ਵੀ ਇੱਦਾਂ ਹੀ ਆ ਵੀ ਗੀਤਾ ਦੇ ਕੁਛ ਪੰਕਤੀਆਂ।
संस्कृत दे विच लिखिया होया माता कोले किस टाइम शायद फोन भी हुंदा हो बेचारी कोले ਇਹ ਬਿਸਤਰਾ ਬਾਬਾ ਅੱਬੇ ਦਾ ਇਸੇ ਬਿਸਤਰੇ ਦੇ ਉੱਤੇ ਸੌਂਦੀ ਆ ਭੈਣ ਦੱਸਦੇ ਆ ਇਸੇ ਕਮਰੇ ਚ ਹੀ ਉਹ ਰਹਿੰਦੀ ਆ ਇਤਰਾ ਖਾਨੇ ਬਾਕੀ ਆ ਜਾਓ ਆਪਾਂ ਮਾਤਾ ਜੀ ਨਾਲ ਵੀ ਗੱਲਬਾਤ ਕਰਦੇ ਆ ਪਾਤੀ ਸਲਵਾਰ ਉਹਨਾਂ ਦੀ ਨਹੀਂ ਉਹ ਇੱਦਾਂ ਹੀ ਪਾ ਦੋ ਸਲਵਾਰ ਹੁਣ ਕੁਛ ਨੀ ਕਰਨਾ ਜੀ ਬਸ ਸਲਵਾਰ ਪਾ ਦੋ ਬੇਬੇ ਨੇ ਘੜੇ ਚ ਲਿਆ ਕੇ ਨਾ ਮਨੀ ਪਲਾਂਟ ਵੀ ਰੱਖਿਆ ਹੋਇਆ ਦੇਖੋ ਆਹਾ ਸਰਕਾਰੀ ਟੂਟੀ ਆਉਂਦੀ ਹੈ ਸ਼ਾਇਦ ਉਹਦੇ ਕਰਕੇ ਹਾਂ ਬਸ ਇਹਦੇ ਚੋਂ ਪੀ ਲੈਂਦੀ ਆ ਇਹਦੇ ਚੋਂ ਖਾ ਲੈਂਦੀ ਆ ਇਹਦੇ ਚ ਨਹਾ ਲੈਂਦੀ ਆ ਗੇਟ ਤੇ ਇੱਦਾਂ ਬੈਠੀ ਹੈ ਮਾਂ ਤੋੜਾ ਚੱਕ ਕੇ ਟੁੱਟ ਜਾਣਾ ਤੁਸੀਂ ਕਹਿੰਦੇ ਸੀ ਨਾ ਮੈਂ ਕੀਰਤਪੁਰ ਸਾਹਿਬ ਜਾਣਾ कुर्सी लिया जी कुर्सी बिठा लेने कोई कुर्सी पई हो करे आप गड्डी ते जाना मां गड्डी ते कमलजीत गड्डी ते जाना करतार सिंह नू याद नहीं करना जाके घर वाले नू उत्ते चाचे दे फोन नहीं सी पाके आओ फिर उत्ते एक मत्था टेक आइए रोना नहीं ना रोना नहीं बिल्कुल भी नहीं नहीं रोना गल नहीं है अरे मैं तेरा पोता मां मैं पोता तेरा असि तेनू लैन आए हैं मैं क्या मेरी मां इन्ने माड़े हालात च बैठी है बिना कपड़िया तो रहिंदी आ गंद मंद दे विच रहिंदी आ भी असि अपनी मां नू वधिया घर देना बना के सोहना घर जिथे मेरी मां खुश रवे ठीक है मां पैसे चाहिए मां तेन पैसे अल पैसे लेने तू पैसे टुटी हुई है भाई साफ कर दो माड़े गिला कपड़ा आ मार दे टूटी हुई कुर्सी ते बैठूगी ले जो जमा टूटी हुई है अज इस करतार सिंह दे घर विच जिमीदार बंदा सी मझां दा गावां दा काम करदा सी जगह अपनी है जी हां जी आपां जगह लई हुई है कितों लै ली तुसीं जगह हैं इह तां मरण वाली पई है बेचारी इह तों किवें लै ली तुसीं दिखाओ कागज क्योंकि माता नूं लैण आए जी माता साडे कोले रहूगी हुण लिया कागज किहड़ा तेरे कोले भाई कमाल होगी यार देखो एक बंदा आया जी वो कहना जगह साड़ी है मेरी जगह लई हुई है किड्डी कोठी है भाई दी आ बुढ़ी माई दी जगह भी लई फिरदे यार लोग पैरेंट प्लीज प्लीज प्यार कोई ना मां पैरेंट पैरेंट ये ना लाओ शरेआम ना लाओ कपड़े मैं तो कुर्सी ते बिठा दो बिठाओ जाके सतनाम कुर्सी ते बिठाओ माता नू माता इत्थे बह जा कुर्सी ते हां कोई ना लोड़ा नहीं गा हुण तू मां मां कोई ना एक मिनट भैने कोई ना हुण रहण दो हुण रहण दो कोई ना हुण रहण दो पहला भी सीगी ना गर्मी भी भैने गल सुन मां तेरे घर वाले दी मौत किवें हो गई सी ओ दे सुते पे पता नहीं लग्या मैनू पता नहीं लग्या तेनू
ਠੀਕ ਆ ਮਾਂ ਤੇਰੇ ਪੇਕੇ ਕਿਹੜੇ ਪਿੰਡ ਆ ਕਿੱਥੇ ਆ ਪਿੰਡ ਉੱਥੇ ਹੀ ਆ ਕਿੱਥੇ ਪਹਾੜਾਂ ਤੇ ਹੀ ਪਹਾੜਾਂ ਤੇ ਹੀ ਹੋਰ ਕਿਹੜਾ ਪਿੰਡ ਆ ਉਹ ਪਿੰਡ ਉਹਦੇ ਹੱਥਾ ਬੋਲੇ ਜਾਏਗਾ ਹੋਰ ਠੀਕ ਆ ਮਾਂ ਮਾਂ ਕੋਈ ਤੇਰੇ ਪੇਕਿਆਂ ਚੋਂ ਕਦੇ ਮਿਲਣ ਆਇਆ ਤੈਨੂੰ ਕੋਈ ਮੇਰੇ ਬਾਅਦ ਥੋੜੇ ਥੋੜੇ ਬਾਅਦ ਹੁੰਦੇ ਜੇ ਨਿਆਣੇ ਅੱਛਾ ਹੁਣ ਕੋਈ ਨੀ ਆਉਂਦਾ ਕੋਈ ਨੀ ਆਉਂਦਾ ਮਾਂ ਤੇਰੇ ਸਹੁਰੇ ਕਿੱਥੇ ਸੀਗੇ ਦਿਓਰ ਜੇਠ ਹੈ ਨੀ ਕੋਈ ਦਿਓਰ ਜੇਠ ਦਿਓਰ ਜੇਠ ਵੀ ਨੀ ਹੈ ਨਨਾਣ ਹੈਗੀ ਸੀ ਨਨਾਣ ਨਨਾਣ ਹੈ ਤੇ ਆਪਣੇ ਆਪਣੇ ਘਰ ਚਲੀ ਜਾਂਦੀ ਕਿਹੜੇ ਪਿੰਡ ਪਿਆ ਹੀ ਹੈ ਨਨਾਣ ਤੇਰੀ ਉਧਰ ਇਹਦੇ ਮੈਨੂੰ ਇਹ ਪਤਾ ਹੀ ਨੀ ਹੋਊ ਮਤਾ ਕੌਣ ਬੋਲਦਾ ਖੰਨੇ ਵਾਲਾ ਖੰਨੇ ਅੱਛਾ ਨਹੀਂ ਇਹਨੇ ਜਗ੍ਹਾ ਵਿਚਾਰੀ ਵੇਚਣ ਯੋਗ ਤਾਂ ਹੈ ਹੀ ਨੀ ਇਹ ਜਗ੍ਹਾ ਨਹੀਂ ਬਾਈ ਜੀ ਕਿੰਨੇ ਦੀ ਲਈ ਸੀ ਲਿਆਓ ਕਾਗਜ਼ ਕੋਈ ਲਿਆਓ ਲਿਆਓ ਘਰ ਵੇਚਿਆ ਹੋਇਆ ਤੂੰ ਉਹ ਤਾਂ ਕਹਿੰਦਾ ਸੀ ਖਰੀਦਿਆ ਘਰ ਸਾਡਾ ਵਾ ਆ ਬਾਈ ਕੀ ਨਾਮ ਬਾਈ ਕਸਤੂਰੀ ਲਾਲ ਕਹਿੰਦਾ ਕਸਤੂਰੀ ਲਾਲ ਨੂੰ ਵੇਚਿਆ ਹੋਇਆ ਨਹੀਂ ਲੁਟੇਰੇ ਨੀ ਬੇਬੇ ਤੇਰਾ ਘਰ ਇਹ ਕਹਿੰਦਾ ਇੱਥੇ ਖਰੀਦਿਆ ਹੋਇਆ ਬੇਬੇ ਤੋਂ ਤੂੰ ਅੰਗੂਠਾ ਲਾਇਆ ਕੋਈ ਅੰਗੂਠਾ ਲਾਇਆ ਕੋਈ ਸਾਈਨ ਕਰਿਆ ਕੋਈ ਸਾਈਨ ਜਟਾਂ ਵਾਲੀਆਂ ਨਾ ਪੈਣੀਆਂ ਨੀ ਕੱਟੀਆਂ ਸੀ ਅੱਜ ਤੋਂ 8 ਮਹੀਨੇ ਪਹਿਲਾਂ ਦੇਖੋ ਕਿੱਡੇ ਗੁੱਛੇ ਬਣੇ ਪਏ ਜਟਾਂ ਦੇ ਮੈਂ ਘਰ ਲੈ ਕੇ ਗਈ ਸੀ ਇਹਨੇ ਜਟਾ ਕੱਟ ਕੇ ਇਹਨੂੰ ਨਵਾਲ ਕੇ ਕੱਪੜੇ ਬਦਲ ਕੇ ਛੱਡ ਕੇ ਗਏ ਚਲੋ ਹੁਣ ਪਾ ਹੁਣ ਇਹ ਵਿਚਾਰੀ ਨਹੀਂ ਸਾਨੂੰ ਹੱਥ ਲਾਣ ਦਿੰਦੀ ਨਹੀਂ ਕੁਝ ਕਰਨ ਦਿੰਦੀ ਨਹੀਂ ਹੁਣ ਤਾਂ ਮਨਾ ਨਹੀਂ ਕਰ ਰਹੀ ਹਾਂ ਟੁੱਟ ਜਾਣੀ ਰਬੜ ਮਾੜੀ ਜੀ ਪਾ ਦਿਓ ਬਸ ਬਾਲਾ ਨਾ ਬੜਾ ਦਿਓ ਮਾਂ ਹਾਂ ਇਹ ਚੱਪਲਾਂ ਕੌਣ ਲਿਆ ਚੱਪਲਾਂ ਤਾਂ ਹੈਗੀਆਂ ਵਾ ਅੱਛਾ ਟੁੱਟੀ ਪਈ ਚੱਪਲ ਵੀ ਦੇਖੋ ਮਾਂ ਦੀਆਂ ਚੱਪਲਾਂ ਵੀ ਟੁੱਟੀਆਂ ਹੋਈਆਂ ਵਾ ਕੋਈ ਨੰਗੀ ਬੈਠੀ ਸੀ ਬੇਬੇ ਇੱਥੇ ਵਿਚਾਰੀ ਕੱਲਾ ਝੱਗਾ ਪਾਇਆ ਸਲਵਾਰ ਵੀ ਨੀ ਪਾਈ ਹੋਈ ਆਪਣੇ ਹੱਥਾਂ ਨਾਲ ਹੀ ਲੈਟਰਿਨ ਕੱਢ ਕੱਢ ਕੇ ਤੇ ਸਿੱਟੀ ਜਾਂਦੀ ਆ ਅੰਦਰ ਕਮਰੇ ਦੇ ਵਿੱਚ ਜਿੱਥੇ ਮੰਜੇ ਤੇ ਪੈਂਦੀ ਉੱਥੇ ਹੀ ਬਾਥਰੂਮ ਕਰਿਆ ਹੋਇਆ ਗਿੱਲਾ ਪਿਆ ਉਹ ਗੱਚ ਥੱਲੇ ਨੋਟ ਪਏ ਨੇ ਗਲੇ ਹੋਏ 50-50 ਦੇ 100-100 ਦੇ 10 ਦੇ 5 ਦੇ ਮਾਂ ਕੋਈ ਰਿਸ਼ਤੇਦਾਰ ਹੈਗਾ ਤੇਰਾ ਕੋਈ ਆਉਂਦਾ ਜਿਹੜਾ ਰਿਸ਼ਤੇਦਾਰ ਤੇਰੇ ਬੱਚਾ ਹੋਇਆ ਸੀ ਕੋਈ ਬੱਚਾ ਤੇਰੇ ਪੰਜ ਭਾਈ ਸੀ ਆ ਦੇਖੋ ਮਾਂ ਮੇਰੇ ਭਜਨ ਮਾਲਾ ਭਜਨ ਮਾਲਾ ਇਹ ਮੱਥਾ ਟੇਕਦੀ ਮੱਥਾ ਗੁਰੂ ਦੇ ਗੁਰੂ ਦੇ ਪੈਸੇ ਆ ਇਹ ਉਹਦੇ ਵਿੱਚ ਹੀ ਪਾਈ ਜਾਂਦੀ ਆ ਪੈਸੇ ਮਾਤਾ ਪੈਨਸ਼ਨ ਲੱਗੀ ਹੈ ਤੈਨੂੰ ਕਦੇ ਕਢਾਈ ਹੈ ਤੁਸੀਂ ਲੱਗੀ ਹੋਈ ਸੀ ਲੱਗੀ ਸੀ ਉਹ ਕਾਪੀ ਕੁਪੀ ਕਿੱਥੇ ਆ ਮੇਰੇ ਨਹੀਂ ਜਾ ਪਤਾ ਨਹੀਂ ਕਿੱਥੇ ਗਈ ਉਹ ਪੈਨਸ਼ਨ ਵਾਲੀ ਕਾਪੀ ਕਿੱਥੇ ਆ ਇਹ ਪਤਾ ਨਹੀਂ ਕਿੱਥੇ ਗਈ ਅੱਛਾ ਤੇ ਪੈਨਸ਼ਨ ਕਢਾਈ ਵੀ ਸੀ ਕਦੇ ਕਢਾਈ ਨਹੀਂ ਜੀ ਪੁੱਤ ਇੱਕ ਵਾਰੀ ਗਈ ਸੀ ਉਹ ਕਿੰਨੂੰ ਦਿੱਤੀ ਸੀ ਇੱਕ ਵਾਰੀ ਕਢਾ ਕੇ ਹਰੀ ਨਹੀਂ ਨੇ ਅੱਛਾ ਪੜਾਈ ਨਹੀਂ ਲੱਗੀ ਅੱਛਾ ਕਰਤਾਰ ਸਿੰਘ ਦੀ ਫੋਟੋ ਖਰਾਬ ਹੋਈ ਪਈ ਹੈ ਫੋਟੋ ਵੀ ਹਾਂਜੀ ਰਿਸ਼ਤੀ ਵਾਲੀ ਜਗ੍ਹਾ ਕਮਾਲ ਹੋ ਗਈ ਬਾਈ ਇੱਥੇ ਕੋਈ ਨਾਰਾ ਨਾਰਾ ਮਾਰਨ ਵਾਲਾ ਨਾਲ ਆਉਂਦਾ ਨੀ ਪਰ ਇਹ ਬਚੀ ਰਹੇ ਤੁਹਾਡੇ ਕੋਲ ਲੰਗਰ ਪਾਣੀ ਛੇਕੀ ਗਏ ਜਿੱਦਾਂ ਇੱਥੇ ਬਹਿੰਦੀ ਹੈ ਬਸ ਇਹਨੂੰ ਇਹੀ ਤੁਹਾਡੇ ਅੱਗੇ ਬੇਨਤੀ ਹੈ ਕਿ ਅਸੀਂ 2 ਮਹੀਨੇ ਬਾਅਦ 6 ਮਹੀਨੇ ਬਾਅਦ ਗੇੜਾ ਮਾਰਾਂਗੇ
ਪਰ ਇਹ ਵਿਚਾਰੀ ਰੋਟੀ ਢਿੱਡ ਭਰ ਕੇ ਖਾਏ ਤਾਂ ਜਿਵੇਂ ਧੁੱਪ ਛਾਂ ਚ ਬੈਠੀ ਹੈ ਇੱਕ ਜਗ੍ਹਾ ਬੈਠੀ ਪੱਕਦੀ ਨਹੀਂ ਮਾਂ ਹੁਣ ਪੱਕਦੀ ਨਹੀਂ ਰੋਟੀ ਤੂੰ ਸਾਡੇ ਘਰੇ ਚੱਲ ਸਾਡੇ ਕੋਲੇ ਰਹਿ ਉੱਤੇ ਤੈਨੂੰ ਰੋਟੀ ਵੀ ਮਿਲੂ ਕੱਪੜੇ ਵੀ ਮਿਲਣਗੇ ਮੰਜਾ ਬਿਸਤਰਾ ਵੀ ਮਿਲੂ ਸਾਰਾ ਕੁਝ ਮਿਲਿਆ ਕਰੂ ਮਾਂ ਫਿਕਰ ਨਾ ਕਰ ਇਹ ਬੱਬੂ ਦਾ ਭਰਾ ਹੈ ਵੱਡਾ ਬਾਹਰੋਂ ਆਏ ਆ ਅੱਛਾ ਹਾਂ ਬੱਬੂ ਕੋਲੋਂ ਆਏ ਨੇ ਅੱਛਾ ਠੀਕ ਹੈ ਨਾ ਮੈਂ ਕਿਹਾ ਮੈਂ ਬੇਬੇ ਨੂੰ ਆਪਦੀ ਨੂੰ ਲੈ ਕੇ ਆਉਣਾ ਜਾ ਕੇ ਮੇਰੀ ਮਾਂ ਉੱਥੇ ਇੰਨੀ ਦੁੱਖ 'ਚ ਰਹਿੰਦੀ ਆ ਚੱਲੇਗੀ ਨਾ ਨਾਲ ਸਾਡੇ ਮੇਰੀ ਮਾਂ ਤੈਨੂੰ ਰੱਬ ਆਪਣੇ ਪੁਰਾਣੇ ਘਰ ਤੇਰੀ ਲੰਮੀ ਉਮਰ ਹੋ ਜਾਵੇ ਹੋਰ 10 ਸਾਲ ਹੋਰ ਨਾ ਆਪਣੇ ਘਰ ਪੁਰਾਣਾ ਹੀ ਚੰਗਾ ਹੁੰਦਾ ਨਾ ਬਈ ਮੈਨੂੰ ਕਿ ਤੂੰ ਰੁੜ ਕੇ ਮੇਰੇ ਆ ਨਾ ਰੁੜ ਕੇ ਆਉਂਦੀ ਹੈ ਬਾਹਰ ਫਿਰ ਉੱਧਰ ਹਾਂਜੀ ਕੀ ਕਹਿੰਦੇ ਹੋ ਹੈ ਇੱਥੋਂ ਮੈਂ ਰੁੜ ਕੇ ਆਉਣੀ ਆ ਹਾਂਜੀ ਕੀ ਆ ਜਾਏਗਾ ਆ ਮੇਰੀ ਨੋ ਆ ਉਹ ਮੁੰਡਾ ਬਸ ਤੈਨੂੰ ਤਾਂ ਹੀ ਤਰਸ ਆਇਆ ਤਾਂ ਤੇਰੀ ਇਹ ਗੱਲਬਾਤ ਕੀਤੀ ਨਹੀਂ ਤੇ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਸੀ ਆ ਮੇਰੀ ਨੋ ਤੇ ਚਲੋ ਮੈਂ ਤਾਂ ਇਹੀ ਕਹਿੰਦਾ ਕਿ ਇਹਦਾ ਸੁਧਾਰ ਹੋ ਜਾਵੇ ਪਰ ਇਹ ਬੜੀ ਦੁੱਖ ਦੀ ਗੱਲ ਆ ਜੀ ਅੱਜ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤਾਂ ਨੇ ਸਾਡੀਆਂ ਮਾਵਾਂ ਸਮਾਂ ਬਤੀਤ ਕਰ ਰਹੀਆਂ ਨਾ ਤਾਂ ਕੋਈ ਸਮਾਜਿਕ ਜਥੇਬੰਦੀ ਨਾ ਕੋਈ ਧਾਰਮਿਕ ਜਥੇਬੰਦੀ ਨਾ ਕੋਈ ਸਰਕਾਰੀ ਤੰਤਰ ਕੋਈ ਸਿਸਟਮ ਕੋਈ ਕੰਮ ਨਹੀਂ ਆਉਂਦਾ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਅਸੀਂ ਦੇਖੀਦਾ ਜਾ ਕੇ ਇੱਦਾਂ ਦੇ ਹਾਲਾਤਾਂ ਚ ਮਾਵਾਂ ਨੂੰ ਬਾਪੂ ਬਜ਼ੁਰਗਾਂ ਨੂੰ ਮੰਦ ਬੁੱਧੀ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਨਰਕ ਵਰਗੇ ਹਾਲਾਤਾਂ ਦੇ ਵਿੱਚ ਕੋਈ ਆਪਣਾ ਮਲ ਮੂਤਰੀ ਖਾਈ ਜਾਂਦਾ ਬੈਠਾ ਕੋਈ ਆਪਣੀ ਜੂਨ ਨਰਕ ਤੋਂ ਵੀ ਬਦਤਰ ਜਾਨਵਰਾਂ ਤੋਂ ਵੀ ਬਦਤਰ ਤਰੀਕੇ ਨਾਲ ਜਿਉ ਰਿਹਾ ਘਰ ਦੇ ਵਿੱਚ ਹਾਲਾਤ ਇੱਦਾਂ ਦੇ ਆ ਇਸ ਮਾਂ ਦੇ ਘਰ ਦੇ ਹਾਲਾਤ ਤੁਸੀਂ ਦੇਖੋ ਜੰਗਲ ਵਰਗੇ ਹਾਲਾਤ ਬਣੇ ਹੋਏ ਨੇ ਅੰਦਰ ਗੰਦਗੀ ਹੋਈ ਗੰਦਗੀ ਪਈ ਅੰਦਰ ਪਰ ਇੱਥੇ ਇੱਕ ਇਸ ਮਾਤਾ ਦੀ ਸੁਧ ਲੈਣ ਵਾਲਾ ਇਸ ਘਰ ਦੇ ਵਿੱਚ ਮਾਤਾ ਦੀ ਕੋਈ ਮਾੜੀ ਮੋਟੀ ਮਦਦ ਕਰਨ ਵਾਲੇ ਜਿਹੜੇ ਆਂਢ ਗੁਆਂਢ ਮਾੜੀ ਮੋਟੀ ਕੋਈ ਰੋਟੀ ਦੇ ਦਿੰਦੇ ਆ ਉਹਨਾਂ ਤੋਂ ਬਿਨਾਂ ਇੱਥੇ ਕੋਈ ਨਹੀਂ ਆ ਰਿਹਾ ਹੁਣ ਅਸੀਂ ਇੱਥੇ ਪਹੁੰਚੇ ਹਾਂ ਇੱਕ ਬਾਈ ਆਇਆ ਉਹ ਕਹਿੰਦਾ ਵੀ ਇਹ ਘਰ ਤਾਂ ਮੇਰਾ ਵਾ ਮੈਂ ਖਰੀਦਿਆ ਹੋਇਆ ਦੇਖੋ ਗੱਲ ਜਗ੍ਹਾ ਦੀ ਨਹੀਂ ਜਗ੍ਹਾ ਕਿੰਨੇ ਦੀ ਹੋਊ ਲੱਖ ਦੀ ਆ 2 ਲੱਖ ਦੀ ਆ ਵਿਚਾਰੀ ਜਿਹੜੀ ਜ਼ਿੰਦਗੀ ਦਾ ਕੋਈ ਮੁੱਲ ਆ ਉਹਦੀ ਦਾ ਜਿਹੜਾ ਉਹ ਨਰਕ ਕੱਟ ਰਹੀ ਹੈ ਜਾਂ ਉਹਨੇ ਕੱਟਿਆ ਇੰਨੇ ਸਮੇਂ ਤੋਂ ਉਹਦਾ ਕੋਈ ਮੁੱਲ ਨਹੀਂ ਦੇਖੋ ਇੱਥੋਂ ਲੰਘਣਾ ਵੀ ਮੁਸ਼ਕਿਲ ਹੋਇਆ ਹੋਇਆ ਦੇਖੋ ਆ ਮਾਤਾ ਇਸ ਹਾਲਤ ਦੇ ਵਿੱਚ ਇੱਥੇ ਰਹਿ ਰਹੀ ਹੈ ਵਿਚਾਰੀ ਇੰਨੀ ਗੰਦਗੀ ਦੇ ਵਿੱਚ ਇਹ ਮਾਤਾ ਇੱਥੇ ਰਹਿ ਰਹੀ ਹੈ ਵਿਚਾਰੀ ਆ ਮੰਜੇ ਜਿੱਥੇ ਪਈ ਰਹਿੰਦੀ ਸੀ ਉੱਥੇ ਗਲ ਜਾਂਦੇ ਸੀ ਆ ਦੇਖੋ ਆ ਮੰਜੇ ਗਲੇ ਹੋਏ ਪਏ ਨੇ ਇਵੇਂ ਇੱਕ ਵਾਰੀ ਕੰਦੋਲਿਆਂ ਤੋਂ ਅਸੀਂ ਮਾਤਾ ਨੂੰ ਲੈ ਕੇ ਆਏ ਸੀ ਉਹਦੇ ਵੀ ਘਰ 'ਚ ਆਈ 4 ਸਾਲਾਂ ਦੀ ਲਹਿਤ ਗੰਦਰੀ ਪਈ ਸੀ ਇਹਦੇ ਵੀ ਮਾਤਾ ਦੇ 4 ਸਾਲਾਂ ਦਾ ਗੰਦ ਇਸ ਘਰ 'ਚ ਹੀ ਪਿਆ ਵਾ ਆ ਮੰਜਾ ਗਲ ਗਿਆ ਚੱਕ ਕੇ ਸਾਈਡ ਤੇ ਕਰਤਾ ਦੂਜਾ ਡਾਹ ਲਿਆ ਇੱਕ ਉਹ ਮੰਜਾ ਗਲਿਆ ਪਿਆ ਆਹ ਜਗ੍ਹਾ ਤੋਂ ਜਿਹੜਾ ਮੰਜਾ ਗਲਣਾ ਵਾ ਇਹ ਜਦੋਂ ਵਿੱਚ ਬਾਥਰੂਮ ਕਰਦਾ ਵਿੱਚ ਹੀ ਇਨਸਾਨ ਪਿਸ਼ਾਬ ਲੈਟਰਿੰਗ ਕਰੀ ਜਾਂਦਾ ਉਨੀ ਉਨੀ ਜਗ੍ਹਾ ਗਲ ਜਾਂਦੀ ਹੈ ਇਵੇਂ ਉਹ ਮੰਜਾ ਵੀ ਉਸ ਜਗ੍ਹਾ ਤੋਂ ਗਲਿਆ ਪਿਆ ਵਾ ਇਸ ਘਰ ਦੀ ਦੁਰਦਸ਼ਾ ਇਸ ਘਰ ਦੀ ਹਾਲਤ ਦੇਖ ਕੇ ਆਪਣੇ ਆਪ ਨੂੰ ਸ਼ਰਮ ਆਉਂਦੀ ਆ ਵੀ ਅਸੀਂ ਕਿੱਦਾਂ ਦੇ ਸਮਾਜ ਦਾ ਇੱਕ ਹਿੱਸਾ ਵਾ ਵੀ ਲੋਕ ਜਗ੍ਹਾ ਜ਼ਮੀਨਾਂ ਜਾਇਦਾਦਾਂ ਪਿੱਛੇ ਤਾਂ ਪੈ ਜਾਂਦੇ ਆ ਆਹ ਵੀ ਜਗ੍ਹਾ ਸ਼ਾਇਦ ਮਾਤਾ ਦੀ ਕਿਸੇ ਟਾਈਮ ਰਹੀ ਹੋਊਗੀ ਖਰੀਦੀ ਹੋਊ ਇਹਨਾਂ ਨੇ ਗੁਆਂਢੀਆਂ ਨੇ ਤੇ ਬੰਦੇ ਨੂੰ ਐਂ ਲੱਗਦਾ ਕਿਸੇ ਦੀ ਮਜਬੂਰੀ ਨੂੰ ਖਰੀਦਣਾ ਕਿਸੇ ਦੀ ਇਸ ਹਾਲਤ ਨੂੰ ਦੇਖ ਕੇ ਉਹਦੀ ਮਦਦ ਨਾ ਕਰਨੀ ਉਹਦੀ ਜਗ੍ਹਾ ਤੇ ਧਿਆਨ ਰੱਖਣਾ ਵੀ ਇਹ ਕਿੱਦਣ ਮਰੂਗੀ ਤੇ ਕਿੱਦਣ ਖਾਲੀ ਹੋਊਗੀ ਇਹ ਅਸੀਂ ਕਿਹੜਾ ਜਗ੍ਹਾ ਚੱਕ ਕੇ ਨਾਲ ਲੈ ਜਾਣੀ ਸੀਗੀ ਇੱਥੇ ਹੀ ਰਹਿ ਜਾਣੀ ਆ ਬਾਈ ਜੇ ਮਾਤਾ ਵਿਚਾਰੀ ਇੱਥੇ ਨਰਕ ਕੱਟੀ ਜਾਂਦੀ ਹੈ ਇੱਥੇ ਆਪਦੇ ਘਰ ਦੇ ਵਿੱਚ ਨਹੀਂ ਰਹਿ ਸਕੀ ਇੱਥੇ ਇਹਨੂੰ ਨਹੀਂ ਕੋਈ ਸੁੱਖ ਸੁਵਿਧਾ ਨਹੀਂ ਮਿਲ ਸਕੀ ਵਿਚਾਰੀ ਨੂੰ ਬਾ ਰੱਬਾ ਕਮਰੇ ਵੱਲ ਦੇਖ ਦੇਖ ਕੇ ਸਾਨੂੰ ਤਾਂ ਆਈ ਜਾਂਦਾ ਵੀ ਇੱਥੇ
इंसान किवें रहिंदा होऊ, किवें सौंदी होऊ, मां किवें अपना रात कटदी होऊगी गर्मियां च, ठंड दे विच इन्नी स्मैल आ रही आ, क्योंकि अंदर ही बाथरूम हो रहा, अंदर ही गंद मंद पिया सारा। धन है मां बेचारी जिहड़ी इत्थे वक्त लंघाई जांदी आ अपना, इंतजार कर रही है अपनी मौत दा। ते कुछ लोग भी इंतजार ही कर रहे हैं इहदी मौत दा, वी जिद्दण इह मुक्कूगी असीं घर ते कब्जा करांगे, घर ले लांगे असीं आपां। पर इहनूं इस माता नूं कमलजीत कौर वाइफ ऑफ करतार सिंह अज इस हालत दे विच रहना पै रहा। इह सोचिया करिए आपां, विचारिया करिए आपां, साडियां इह वीडियो एक उदाहरण आ, एक दर्पण आ, एक समाज दा शीशा वा। बहुत सारे फोन आउंदे ने, बहुत सारियां वीडियो आउंदियां, हर रोज 30-35 इदां दे केस हर रोज आउंदे ने, पर जिहड़े बहुत लोड़वंद, जिहड़े बहुत क्रिटिकल ने, असीं कोशिश करी दी वी उत्थे जाके उहनां नूं असीं मदद दे सकीए। पर सारिआं नूं सांभ करनी, उहनां दी सारिआं नूं लै के आउणा, सारिआं नूं रखणा साडे लई वी संभव नहीं हैगा। रात जदों मैं वीडियो देखी, साडे टीम मैंबरां ने सानूं इह वीडियो दिखाई, इस माता दी हालत नूं देख के असीं अज सवेरे तड़के नूं तुर पए सी, क्योंकि साडे सुपनिआं दे घर च कल मौत हो गई सीगी। माता सतिंदर कौर जी चढ़ाई कर गए सी, उहनां नूं असीं पटियाले तों लै के आए सी, उहनां दे घर वाला अक्खां तों अन्ना सी, माता मंजे ते पई सी, हड्ड पैर जुड़े हुए सी, जमा ही सुक के हड्डियां दा पिंजर बणी हुई। अज तों करीब 1.25 साल पहलां असीं उत्थों लै के आए सी मां नूं, ते अज उहदा जा के संस्कार करना माता दा। ਸਾਡੇ ਸੁਪਨਿਆਂ ਦੇ ਘਰ ਵਿੱਚ ਦੁੱਖ ਤੇ ਸੁੱਖ ਇਕੱਠਿਆਂ ਹੀ ਸਫ਼ਰ ਕਰਦੇ ਨੇ। ਜੇ ਇੱਕ ਮਾਂ ਇਸ ਦੁਨੀਆਂ ਤੋਂ ਤੁਰ ਗਈ ਹੈ ਤੇ ਇੱਕ ਮਾਂ ਦੀ ਸੇਵਾ ਸਾਨੂੰ ਹੋਰ ਵਾਹਿਗੁਰੂ ਨੇ ਬਖਸ਼ਤੀ ਹੈ। ਬਸ ਅਰਦਾਸ ਕਰਿਓ ਇਹ ਮਾਤਾ ਕਮਲਜੀਤ ਕੌਰ ਸੱਤੋ, ਛੋਟਾ ਨਾਂ ਸੱਤੋ ਆ ਮਾਤਾ ਦਾ, ਸੱਤੋ ਸੱਤਿਆ ਦੇਵੀ ਆ, ਸੱਤਿਆ ਦੇਵੀ ਤੰਦਰੁਸਤ ਰਹੇ, ਉੱਥੇ ਰਹਿ ਕੇ ਸਾਡੇ ਕੋਲ ਇੱਕ ਚੰਗਾ ਜੀਵਨ ਬਤੀਤ ਕਰੇ, ਅਸੀਂ ਮਾਂ ਦੀ ਸੇਵਾ ਸੰਭਾਲ ਕਰ ਸਕੀਏ। ਜਿਹੜੇ ਘਰ ਵਾਲੇ ਨੇ ਉਹਨਾਂ ਨੂੰ ਘਰ ਮਿਲ ਜਾਵੇ, ਜਿਹੜੇ ਸੇਵਾ ਵਾਲੇ ਉਹਨਾਂ ਨੂੰ ਸੇਵਾ ਮਿਲ ਜਾਵੇ, ਬਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ। ਧੰਨਵਾਦ ਇਸ ਪਰਿਵਾਰ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ, ਸਾਨੂੰ ਦੱਸਿਆ, ਸਾਡੀ ਸੇਵਾ ਕਰਨ ਦਾ ਸਾਨੂੰ ਮੌਕਾ ਬਖਸ਼।